डिसिप्लिन इन लाइफ में कि प्रोड्यूसर भी एक्टर भी सब कुछ टाइम पे भी आ रहे हैं, कितने प्रोजेक्ट्स चलते पे थोड़ी आए नजर ना लो टच हो डिसिप्लिन इन लाइफ में कि प्रोड्यूसर भी एक्टर भी सब कुछ टाइम पे भी आ रहे हैं, कितने प्रोजेक्ट्स चलते पे थोड़ी आए नजर ना लो टच हो मैं बस कुछ नहीं थोड़े बहुत ही चल रहे जी आजकल था लोका दे तो पता 15-15-20 चल रहे था तो एक दो चल रही रूनू हो जवे उड़ीक कदे साड़ी तेरी जूनू सूरज नू चढ़नो हटाई जांदा है सोने आनू नजरों बचाई जांदा है दिल मलो मली तेरे उत्ते मलो मली तेरे उत्ते आई जांदा है दिल मलो मली तेरे क्या बात है भाई बहुत खूबसूरत आई क्या एंड च ना यार ये फिल्म एक एंजल ट्रिप जा ही सीगा ना क्या बात है जी ट्रिप और जगह थावां ते मतलब आप इंग्लैंड जाने हमेशा जिन्या भी मतलब जिन्ना काम होंदा मोस्टली लंडन या बर्मिंगम च शूट होंदा ते पर ये फिल्म असीं जिथे जिथे शूट कीती जिन्या सोहणियां लोकेशन सीगियां मतलब मैनूं लगदा मैं आपदी जिंदगी च कदी नहीं सी देखणी उन्नी सोहणी ब्यूटी ओह सोहणियां ओह क्योंकि एवरी डे नॉर्मली की होंदा कि एक फिक्सड सैट ते फिल्मां शूट होंदियां भी आह घर है आह शहर है ਪ੍ਰੋਪਰ ਪਹੁੰਚ ਗਏ 7 ਵਜੇ ਹਨਾ 8 ਵਜੇ ਰੈਡੀ ਆ ਕੈਮਰਾ ਸਾਰੇ ਵੇਟ ਕਰ ਰਹੇ ਆਪਾਂ ਅਸੀਂ ਆਪਸ ਚ ਗੱਲ ਕਰ ਰਹੇ ਕੀ ਹੋਇਆ ਕੀ ਹੋਇਆ ਅੱਧਾ ਘੰਟਾ 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 ਹੋਰ ਕੀ ਹੋਇਆ ਉਹ ਜੀ ਡਿਸਕਾਂ ਨਹੀਂ ਆਈਆਂ ਜਿਹਦੇ ਵਿੱਚ ਫੁਟੇਜ ਕਾਪੀ ਹੁੰਦੀ ਹੈ ਔਰ ਡਿਸਕਾਂ ਵਾਲਾ ਡਿਸਕਾ ਹੀ ਭੁੱਲ ਗਿਆ ਜਲਦੀ ਜਾਣ ਦੇ ਚੱਕਰ 'ਚ ਏਦਾਂ ਦੇ ਬਹੁਤ ਚੱਕਰ ਹੁੰਦੇ ਸੀ ਥੋੜਾ ਗੁਮਾਨ ਹੋਣਾ ਚਾਹੀਦਾ ਤੇਰੀ ਸੂਰਤ ਤੈਨੂੰ ਵੀ ਥੋੜਾ ਗੁਮਾਨ ਹੋਣਾ ਚਾਹੀਦਾ ਤੇਰੇ ਆਉਣ ਤੋਂ ਪਹਿਲਾਂ ਇੱਕ ਤੂਫਾਨ ਆਉਣਾ ਚਾਹੀਦਾ ਐਵੇਂ ਹੀ ਖੂਬਸੂਰਤ ਹਰ ਕਿਸੇ ਨੂੰ ਨਾ ਕਿਹਾ ਜਾਵੇ ਸਿਰਫ ਤੇਰਾ ਨਾਮ ਆਉਣਾ ਚਾਹੀਦਾ ਇਹ ਸਾਰੀ ਦੁਨੀਆਂ ਦੇ ਆਸ਼ਿਕ ਤੈਨੂੰ ਪੱਕਾ ਸਾਰੀ ਦੁਨੀਆਂ ਦੇ ਆਸ਼ਿਕ ਤੈਨੂੰ ਪੱਖੀਆਂ ਚੱਲਣ ਤੇ ਪਰੀਆਂ ਨੂੰ ਤੇਰਾ ਗੁਲਾਮ ਹੋਣਾ ਚਾਹੀਦਾ ਯਾਰ ਇੰਨੀ ਖੂਬਸੂਰਤ ਚੀਜ਼ ਨੂੰ ਦੇਖ ਹਰ ਸ਼ਾਮ ਆਉਣਾ ਚਾਹੀਦਾ ਐਵੇਂ ਖੂਬਸੂਰਤ ਹਰ ਕਿਸੇ ਨੂੰ ਨਾ ਕਿਹਾ ਜਾਵੇ ਸਿਰਫ ਤੇਰਾ ਨਾਮ ਹੋਣਾ ਚਾਹੀਦਾ ਪਰ ਇਹ ਗਾਣਾ ਕਿਸੇ ਨੂੰ ਦਿੱਤਾ ਤਾਂ ਨਹੀਂ ਐਕਚੁਅਲੀ ਇਹ ਨਾਮ ਮੈਂ ਡਿਸਾਈਡ ਕੀਤਾ ਇਹਦਾ ਮੈਂ ਕ੍ਰੈਡਿਟ ਫੁੱਲ ਕੇ ਲਾਉਂਗਾ ਜਿਹੜੇ ਬੰਦੇ ਰਾਈਟਰ ਹੁੰਦੇ ਆ ਨਾ ਉਹ ਐਂਡੀ ਹੁੰਦੇ ਆ ਨਾ ਨਹੀਂ ਪਰ ਜਦੋਂ ਮੈਂ ਬੋਲ ਰਿਹਾ ਸੀ ਨਾਮ ਕਿਹਾ ਤਾਂ ਸਰਗੁਣ ਨੇ ਕਿਹਾ ਕਿ ਹਾਂ ਇਹ ਬਹੁਤ ਸਹੀ ਹੈ ਔਰ ਫਿਰ ਇਹਨੇ ਇਹਦੀ ਕੰਪਨੀ ਨੇ ਰਜਿਸਟਰਡ ਕਰਵਾਇਆ ਮੈਂ ਕਿਹਾ ਫਟਾਫਟ ਰਜਿਸਟਰ ਕਰਾ ਲਓ ਹਨਾ ਟਾਈਟਲ ਦਾ ਬਹੁਤ ਚੱਕਰ ਹੈ ਤੇ ਪਰ ਇਹ ਫਿਲਮ ਨਾਲ ਇੰਨਾ ਜਾਂਦਾ ਹੈ ਨਾ ਤੁਸੀਂ ਜਦੋਂ ਫਿਲਮ ਦੇਖੋਗੇ ਤਾਂ ਮੈਨੂੰ ਲੱਗਦਾ ਕਿ ਇਸ ਫਿਲਮ ਲਈ ਕੋਈ ਹੋਰ ਟਾਈਟਲ ਨਹੀਂ ਸੀ ਬਿਲਕੁਲ ਟਾਈਟਲ ਬਹੁਤ ਸੀ ਨਿਗਾ ਮਾਰਦਾ ਇਹ ਟਾਈਟਲ ਟਰੈਕ ਹੈ ਸਾਡਾ ਕਿ ਧੜਕਣ ਨੂੰ ਮੈਂ ਰੁਕਣ ਨਹੀਂ ਦੇਣਾ ਮੁੱਕਣ ਨਹੀਂ ਦੇਣਾ ਸਾਹਾਂ ਟੇਕ ਨੈਣਾ ਦੀ ਉਹਨਾਂ ਤੇ ਉਸ ਆਉਣਾ ਇਹ ਦਿਨ ਰਾਵਾਂ ਇਸ ਵਾਰ ਨਹੀਂ ਜਾਣ ਮੈਂ ਇਸ ਵਾਰ ਨਹੀਂ ਜਾਣ ਦੇਣਾ ਮੈਂ ਕਈ ਵਾਰ ਗਵਾਚਾਂ निगा मार दाई में मेरा यार को अब यही आप गा के सुना रहे ऐसे तो मैं भी सुना सकती देना मैं इस बार नहीं जान देना कई बार गवाचा निगा मार दाई में मेरा यार गवाचा निगा मार दाई में मेरा यार गवाचा क्या बात है एक्चुअली नोट भी गिने होंगे उन्होंने अच्छा और एक बार मैं मतलब हुण जदों काम कुम चल गया था मैं फिर एक दिन गया और मैं आई कि मार्केट च किसी भेजना सी तां मैं कैश रखदा नहीं मैं पापा दे पास तो पैसे कढ़ते ते पापा कहिंदे 500 दा नोट है नहीं मेरे पास मैं क्या पता नहीं कहिंदे मैनूं काका मैनूं इह भी पता होंदा कि किहड़े 100 दे किन्ने नोट आ 20 दे किन्ने आ 10 दे किन्ने आ मैं उदों रिलाइज कीता कि मैं क्या यार मतलब
ਮਸ਼ਰੂਮ ਉਹ ਭੁੱਲ ਜਾਂਦੇ ਚੀਜ਼ਾਂ ਕਿੱਥੋਂ ਕਿੱਥੋਂ ਸ਼ਬਦ ਕਰ ਰਹੇ ਹੋ ਸ਼ਬਦ ਕੱਢ ਦੇ ਨਾ ਮੈਂ ਆਪਦੇ ਹਲੇ ਪਿਆਰ ਦੀ ਗੱਲ ਹੋ ਰਹੀ ਹੈ ਮੇਰੇ ਲਈ ਤਰੀ ਸਮੇਂ ਦਾ ਇਹੀ ਹੈ ਕਿ ਅਸੀਂ ਫਿਲਮਾਂ ਯਾਰ ਬਹੁਤ ਓਰੀਜਨਲ ਬਣਾਉਂਦੇ ਹਾਂ ਗਾਣੇ ਮਿਊਜ਼ਿਕ ਬੈਕਗਰਾਉਂਡ ਹਰ ਚੀਜ਼ ਜਿਵੇਂ ਕਿਸੇ ਮਾਂ ਪਿਓ ਦਾ ਸਕਾ ਪੁੱਤ ਹੁੰਦਾ ਤਾਂ ਉਹ ਕਿਵੇਂ ਸੰਭਾਲ ਸੰਭਾਲ ਕੇ ਪਾਲਦੇ ਆ ਹਨਾ ਪਰ ਫਾਈਨਲੀ ਉਹ ਲੱਗੇ ਵੀ ਯਾਰ ਇਹ ਤਾਂ ਕਿਸੇ ਹੋਰ ਦਾ ਹੋ ਗਿਆ ਹਨਾ ਘਰਦਿਆਂ ਨੂੰ ਛੱਡ ਕੇ ਤਾਂ ਦੁੱਖ ਹੁੰਦਾ ਸਾਨੂੰ ਮੈਂ ਲੱਗਦਾ ਕਿ ਓ ਟੀ ਟੀ ਬੁਰਾ ਨਹੀਂ ਹੈ ਪਰ ਹਰ ਬੰਦਾ ਜਦੋਂ ਆਪਾਂ ਓ ਟੀ ਟੀ ਤੇ ਫਿਲਮ ਦੇਖਦੇ ਹਾਂ ਤਾਂ ਕਈ ਵਾਰੀ ਫਿਲਮ ਨਾਲ ਇਨਸਾਫ਼ ਨਹੀਂ ਕਰਦੇ ਉਹਦੀ ਬਿਊਟੀ ਨਾਲ ਇਨਸਾਫ਼ ਨਹੀਂ ਕਰਦੇ ਕਿ ਮੈਂ ਅਕਸਰ ਇਹ ਗੱਲ ਕਹੀ ਹੈ ਜਿੰਨੀ ਵਾਰ ਵੀ ਇਹ ਫਿਲਮ ਦੀ ਗੱਲ ਹੋਈ ਕਿ ਜਿਹੜਾ ਸਾਡਾ ਰੁਪਿੰਦਰ ਡਾਇਰੈਕਟਰ ਹਨਾ ਉਹ ਬਹੁਤ ਪਰਟੀਕੁਲਰ ਹੈ ਕਿ ਯਾਰ ਮੈਂ ਦੋ ਕੁਰਸੀਆਂ ਤੇ ਇੱਕ ਉਹ ਟ੍ਰੇਲਰ ਦੇ ਵਿੱਚ ਵੀ ਹੈ ਸ਼ਾਰਟ ਕਿ ਦੋ ਇਸ ਰੈਸਟੋਰੈਂਟ 'ਚ ਬੈਠੇ ਹੋਏ ਆ ਹਾਂਜੀ ਹਾਂਜੀ ਤਾਂ ਉਹ ਸਿਰਫ ਉਹਨੇ ਇਸ ਕਰਕੇ ਲੈ ਕੇ ਯਾਰ ਪਿੱਛੇ ਬਿਊਟੀ ਕਿੰਨੀ ਮੇਰਾ ਫਰੇਮ ਕਿੰਨਾ ਸੋਹਣਾ ਤਾਂ ਸਾਨੂੰ ਇਹ ਲੱਗਦਾ ਕਿ ਯਾਰ ਉਹ ਥੀਏਟਰ 'ਚ ਤੁਸੀਂ ਦੇਖੋ ਯਾਰ ਹਨਾ ਉਸ ਫੀਲ ਨਾਲ ਓਟੀਟੀਲੀ ਨਹੀਂ ਹੈ ਫਿਲਮ ਓਟੀਟੀਲੀ ਫਿਲਮਾਂ ਹੁੰਦੀਆਂ ਨੇ ਸ਼ਾਇਦ ਇਸ ਤੋਂ ਬਾਅਦ ਸਾਰਾ ਕੁਝ ਕਰ ਲਿਆ ਬਟ ਇੱਕ ਜਿਹੜਾ ਆਪਾਂ ਥੀਏਟਰ ਲਈ ਜਿਹੜੀ ਫਿਲਮ ਬਣਦੀ ਹੈ ਨਾ ਉਹਦਾ ਸਵਾਦ ਕੁਝ ਹੋਰ ਹੀ ਹੁੰਦਾ ਜੈਨੂਇਨਲੀ ਜਿਵੇਂ ਇਹਨੇ ਕਿਹਾ ਕਿ ਰੁਪਿੰਦਰ ਨੇ ਇੱਕ ਇੱਕ ਫੁੱਲ ਦਾ ਕਲਰ ਇੱਕ ਰਾਤ ਪਹਿਲਾਂ ਡਿਸਾਈਡ ਕਰਕੇ ਦੱਸਿਆ ਸੀ ਕਿ ਜੇ ਆ ਪੀਲੇ ਫੁੱਲ ਨਹੀਂ ਹੋਏ ਤਾਂ ਬਹੁਤ ਬੇਕਾਰ ਸ਼ਾਟ ਆ ਤੇ ਉਹ ਪੀਲਾ ਫੁੱਲ ਕਿਤੇ ਪਿੱਛੇ ਪਿਆ ਤੁਹਾਨੂੰ ਪਤਾ ਲੱਗਣਾ ਬਟ ਉਹਦੇ ਹਿਸਾਬ ਨਾਲ ਆ ਸ਼ਾਟ ਬੇਕਾਰ ਹੋ ਗਿਆ ਜੇ ਉਹ ਫੁੱਲ ਪੀਲਾ ਨਹੀਂ ਆ ਇੱਕ ਕਾਰ ਹੈ ਸਾਡੇ ਕੋਲ 17 ਮਾਰਚ ਨੂੰ ਤੇ ਤੁਸੀਂ 17 ਮਾਰਚ ਨੂੰ ਹੀ ਜਾਇਓ ਜੀ ਦੇਖਣ ਬਾਕੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਉਸ ਤੋਂ ਪਹਿਲਾਂ ਜੇ ਤੁਸੀਂ ਟੈਸਟ ਕਰਨਾ ਹੈ ਕਿ ਯਾਰ ਤੁਹਾਡੇ ਦੇਖਣ ਦੇ ਕਾਬਿਲ ਵੀ ਹੈ ਜਾਂ ਫਿਲਮ ਨਹੀਂ ਤੁਸੀਂ ਫਿਲਮ ਦੇ ਗਾਣੇ ਆ ਚੁੱਕੇ ਟ੍ਰੇਲਰ ਆ ਚੁੱਕਿਆ ਤੁਸੀਂ ਗਾਣੇ ਸੁਣੋ ਟ੍ਰੇਲਰ ਦੇਖੋ ਫਿਰ ਆਪਦੀ ਫੈਮਿਲੀ ਨਾਲ ਆਪਦੀ ਗਰਲਫ੍ਰੈਂਡ ਨਾਲ ਜਿਹਦੇ ਨਾਲ ਵੀ ਤੁਸੀਂ ਪਲਾਨ ਬਣਾਉਣਾ ਪਲਾਨ ਬਣਾਓ 17 ਮਾਰਚ ਨੂੰ ਮੇਰਾ ਕੋਈ ਸਾਥੀ ਕਾਫੀ ਜਜ਼ਬਾਤੀ ਮੈਨੂੰ ਭੁੱਲ ਗਿਆ ਲੱਗਦਾ ਮੇਰਾ ਮਜ਼ਾ ਸੀ ਉਹਦੀ ਸਜ਼ਾ ਸੀ ਉਹ ਤਾਂ ਹੁਣ ਖੁੱਲ ਗਿਆ ਲੱਗਦਾ ਉਹਦਾ ਜਿਗਰ ਸੀ ਉਹ ਤਾਂ ਜਿਗਰ ਸੀ ਮੇਰਾ ਉਹਨੂੰ ਫਿਕਰ ਸੀ ਕਿਸੇ ਹੋਰ ਤੇ ਹੁਣ ਡੁੱਲ ਗਿਆ ਲੱਗਦਾ ਤੋ ਇੱਕ ਇਹ ਥੀ ਬਸ ਥੋੜੀ ਇੱਕ ਇਹ ਥੀ ਬ੍ਰੇਕ ਹੋਤੀ ਤੋ ਮੈਂ ਨਿਕਲੇ ਉਹ ਮੈਨੂੰ ਹਰ ਸਾਹ ਲਿਖ ਦੇ ਔਰ ਮੁਹੱਬਤ ਕਰੇਗਾ ਤਾਂ ਇੰਨੀ ਕਰੇ ਯਾਰਾ ਕੋਈ ਨਾ ਪੁੱਛੇ ਤੇਰਾ ਔਰ ਤੂੰ ਮੇਰਾ ਨਾ ਲਿਖ ਦੇ ਕਿਆ ਯੂ ਆਰ ਸੱਚ ਅ ਵਾਈਬ ਜੈਕੀ ਹੁਣ ਥੋੜੀ ਦੇਰ ਪਹਿਲਾਂ ਹਾਂ ਥੱਲੇ ਜਦੋਂ ਗੱਡੀ 'ਚ ਬੈਠੀ ਸੀ ਮੈਨੂੰ ਲੱਗਦਾ ਸਾਲ ਹੋ ਗਿਆ ਮੈਂ ਕਿਸੇ ਨੂੰ ਬਲੌਕ ਨਹੀਂ ਕੀਤਾ ਬ੍ਰੇਕਅਪ ਤੋਂ ਸਾਲ ਨਿਕਲਤੇ ਹੋਏ ਅਭੀ ਘਰ ਸੇ ਬੁਲਾਇਆ ਮੈਨੇ ਜਹਾਨ ਸਹਿਰਾਜ ਕੋ ਮੈਂ ਨੈਫਿਊ ਸਾਹਿਬ ਨਾਈਸ ਮੰਮਾ ਕੀ ਬਾਤ ਹੈ ਹੁਣੇ ਕੀ ਫੋਨ ਤੇ ਕੀ ਬਾਤ ਹੈ ਮੈਂ ਮੰਮਾ ਨੂੰ ਫੋਨ ਕਰਦਾ ਕਿ ਬਾਅਦ ਚ ਬੰਦਾ ਸਾਰਾ ਦਿਨ ਬਿਜ਼ੀ ਰਹਿ ਜਾਏ ਹਾਂ ਹਾਂ ਬੜੇ ਦਿਨ ਹੋ ਗਏ ਪਤਾ ਚੱਜ ਦਾ ਖਾਣਾ ਖਾਤੇ ਹੋਏ ਸਾਹਮਣੇ ਨਾ ਛੋਲੇ ਭਟੂਰੇ ਮਿਲਦੇ ਬੜੇ ਘੈਂਟ ਹਾਂ ਬਹੁਤ ਹੀ ਮਤਲਬ ਐ ਫਿੱਕਾ ਕਦੇ ਗਿਲ ਕਦੇ ਆਏ ਦਾ ਖਾਣਾ ਵਧੀਆ ਖਾਣਾ ਯਾਦ ਨਹੀਂ ਆ ਰਿਹਾ ਮੈਂ ਕਦੋਂ ਖਾਇਆ ਸੀ ਲਾਸਟ ਕਿਉਂਕਿ ਮੁੰਬਈ ਜਿਵੇਂ ਬਹੁਤ ਜ਼ਿਆਦਾ ਟ੍ਰੈਫਿਕ ਆ ਬਹੁਤ ਜ਼ਿਆਦਾ ਮਤਲਬ ਸਾਰਾ ਕੁਝ ਚੱਲਦਾ ਰਹਿੰਦਾ ਤੇ ਚੰਡੀਗੜ੍ਹ ਚ ਆ ਕੇ ਸਾਰਾ ਕੁਝ ਨੋਰਮਲ ਹੁੰਦਾ ਮੈਂ ਜਿੱਥੇ ਵੀ ਮੈਂ ਜਿੰਨੇ ਵੀ ਸ਼ਹਿਰਾਂ ਚ ਰਹੀ ਹਾਂ ਨਾ ਮੈਨੂੰ ਚੰਡੀਗੜ੍ਹ ਚ ਐ ਜਿਵੇਂ ਸਕੂਨ ਜਿਹਾ ਮਤਲਬ ਆਪਣਾ ਸ਼ਹਿਰ ਲੱਗਦਾ ਤਾਂ ਮੈਨੂੰ ਸਾਰਾ ਕੁਝ ਵਧੀਆ ਲੱਗਦਾ ਇਹਦਾ ਤਾਂ ਆਪਦਾ ਸ਼ਹਿਰ ਹੈ ਹੀ ਹਾਂ ਤਾਂ ਮੈਨੂੰ ਫੀਲਿੰਗ ਆਉਂਦੀ ਹੈ ਪਤਾ ਆਪਦੇ ਸ਼ਹਿਰ ਤੋਂ ਹਰ ਵਾਰੀ ਆਪਦੀ ਫੀਲਿੰਗ ਨਹੀਂ ਆਉਂਦੀ ਹੈ ਨਹੀਂ ਨਹੀਂ ਆਉਂਦੀ ਨਹੀਂ ਨਹੀਂ ਸਾਰੇ ਹੁਣ ਤੁਸੀਂ ਮੇਰੇ ਸ਼ਹਿਰ ਸ਼ੋਅ ਲੱਗ ਗਏ ਹੋ ਕੱਲ ਤੁਸੀਂ ਪੌਂਟਾ ਸਾਹਿਬ ਤੋਂ ਤੇ ਕਿਵੇਂ ਲੱਗਿਆ ਜਿੱਥੇ ਵੀ ਜਾਇਓ ਨਿਗਾਹ ਮਾਰ ਲਿਓ ਥੀਏਟਰ ਕਿਹੜੇ ਕਿਹੜੇ ਤੁਹਾਡੇ ਆਸ ਪਾਸ ਨੇ ਐਂਡ ਬਹੁਤ ਅੱਛੀ ਐਕਚੁਅਲੀ ਮੂਵੀ ਦਾ ਟ੍ਰੇਲਰ ਬਹੁਤ ਵਧੀਆ ਲੱਗ ਰਿਹਾ ਐਂਡ ਯੂ ਨੋ ਰਿਲੇਟਿਵ